ਅਮਰ ਸਿਤਾਰੇ ਮਾਂ ਗੁਜਰੀ ਦੇ ਪਿਆਰੇ ਤੇਰੀ ਜੈ ਹੋਵੇ ਤੇਰੀ ਜੈ ਹੋਵੇ ਤੇਰੀ ਜੈ ਹੋਵੇ ਗੁਰ ਗੋਬਿੰਦ ਦਸ਼ਮੇਸ਼ ਪਿਤਾ ਕਲਗੀ ਧਰ ਅਮਰ ਸਿਤਾਰੇ ਮਾਂ ਗੁਜਰੀ ਦੇ ਪਿਆਰੇ ਤੇਰੀ ਜੈ ਹੋਵੇ ਤੇਰੀ ਜੈ ਹੋਵੇ ਤੇਰੀ ਜੈ ਹੋਵੇ ਆਪਣੇ ਭਗਤਾਂ ਨੂੰ ਤੂੰ ਦਿੱਤੀ ਸ਼ਕਤੀ ਪੰਜ ਕਤਾਰੇ ਮਾਂ ਗੁਜਰੀ ਦੇ ਪਿਆਰੇ ਡੇਰਾ ਬਾਬਾ ਨਾਨਕ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਨਗਰ ਡੇਰਾ ਬਾਬਾ ਨਾਨਕ ਦੀ ਸੰਗਤ ਦੇ ਸਹਿਯੋਗ ਦੇ ਨਾਲ ਸਰਬੰਸਤਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਮਨਾਉਣ ਦੇ ਲਈ ਅੱਜ ਵਿਸ਼ਾਲ ਨਗਰ ਕੀਰਤਨ ਜਿਹੜਾ ਵਾ ਉਹ ਰਵਾਨਾ ਕੀਤਾ ਜਾ ਰਿਹਾ। ਸਭ ਤੋਂ ਪਹਿਲਾਂ ਮੈਂ ਸਮੁੱਚੀ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਦੇਣਾ ਅਤੇ ਉਸ ਅਕਾਲ ਪੁਰਖ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਹੈ ਸੱਚੇ ਪਿਤਾ ਵਾਹਿਗੁਰੂ ਸਾਡੇ ਸਾਰਿਆਂ 'ਤੇ ਮਿਹਰ ਭਰਿਆ ਹੱਥ ਰੱਖੀ ਪੰਜਾਬ 'ਤੇ ਪੰਜਾਬ ਦੇ ਸਾਰੇ ਜਿਹੜੀ ਨੌਜਵਾਨੀ ਆ
ਅਚੇਚੇ ਤੌਰ 'ਤੇ ਉੱਤੇ ਮਿਹਰ ਭਰਿਆ ਹੱਥ ਰੱਖਿਓ ਅਤੇ ਸਾਨੂੰ ਉਹ ਜਿਹੜੀ ਸਿੱਖਿਆ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਰਬੰਸ ਵਾਰ ਕੇ ਅਤੇ ਜਿਹੜਾ ਸਾਨੂੰ ਸਿੱਖੀ ਦਾ ਮਾਰਗ ਦੇ ਕੇ ਗਏ ਨੇ ਉਸ 'ਤੇ ਚੱਲਣ ਦਾ ਬਲ ਬਖਸ਼ੀ। ਮੈਂ ਇੱਕ ਵਾਰੀ ਫਿਰ ਉਸ ਅਕਾਲ ਪੁਰਖ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਸੱਚੇ ਪਿਤਾ ਵਾਹਿਗੁਰੂ ਸਾਰਿਆਂ 'ਤੇ ਮਿਹਰ ਭਰਿਆ ਰੱਖੀ, ਸਾਰਿਆਂ ਦੇ ਪਰਿਵਾਰਾਂ ਦੇ ਵਿੱਚ ਪਿਆਰ ਭਾਈਚਾਰਾ ਏਕਤਾ ਇਤਫਾਕ ਅਤੇ ਕਾਰੋਬਾਰਾਂ ਦੇ ਵਿੱਚ ਵਾਧਾ ਕਰੀ ਅਤੇ ਸਾਡੇ ਨਗਰ 'ਤੇ ਅਤੇ ਸਾਰੇ ਸੰਸਾਰ 'ਤੇ ਮਿਹਰ ਭਰਿਆ ਹੱਥ ਰੱਖੋ, ਸੁੱਖ ਸ਼ਾਂਤੀ ਵਰਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡਾ ਜੋ 17 ਜਨਵਰੀ 2024 ਨੂੰ ਮਨਾਇਆ ਜਾ ਰਿਹਾ ਹੈ ਉਸ ਦੇ ਸੰਬੰਧ ਦੇ ਵਿੱਚ ਸਾਡਾ ਫਰਜ਼ ਬਣਦਾ ਹੈ ਕਿ ਉਹ ਕਲਗੀਆਂ ਵਾਲੇ ਦੇ ਦੱਸੇ ਹੋਏ, ਬਾਜਾਂ ਵਾਲੇ ਦੇ ਦੱਸੇ ਹੋਏ, ਸਰਪੰਚ ਦਾਨੀ ਦੇ ਦੱਸੇ ਹੋਏ ਜਿਹੜੇ ਨਿਯਮ ਹਨ ਜਾਂ ਉਹਨਾਂ ਦੇ ਦੱਸੇ ਹੋਏ ਸਾਡੇ ਗੁਰਮਤਿ ਮਰਿਆਦਾ ਦੇ ਅਨੁਸਾਰ ਕਾਰਜ ਕਰੀਏ। ਜ਼ੁਲਮ ਸਹਿਣਾ ਅਤੇ ਜ਼ੁਲਮ ਕਰਨਾ ਦੋਨੋਂ ਪਾਪ ਹਨ। ਸੋ ਸ਼ਹਿਰ ਨਿਵਾਸੀਆਂ ਨੂੰ ਸਮੂਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਸੁਖਮਨੀ ਸਾਹਿਬ ਸੋਸਾਇਟੀ ਵੱਲੋਂ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ। ਵਾਹਿਗੁਰੂ ਜੀ ਕਾ